ਪੇਸ਼ ਹੈ ਬਲਬੀਰ ਪਰਵਾਨਾ ਦੀ ਕਹਾਣੀ ਆਤਮਸੰਮੋਹਨ ਦੂਸਰੀ ਵਾਰ ਬੈਲ ਵੱਜਣ ਲੱਗੀ ਤਾਂ ਉਸਨੇ ਵਾਲਾਂ ਤੇ ਬਰਸ਼ ਮਾਰਨਾ ਰੋਕ ਕੇ ਮੋਬਾਈਲ ਆਨ ਕੀਤਾ ਹਾਂ ਸੁਨੀਲ ਕਹਿੰਦਿਆਂ ਨਾਲ ਹੀ ਸਪੀਕਰ ਆਨ ਕਰ ਮੋਬਾਈਲ ਨੂੰ ਡਰੈਸਿੰਗ ਟੇਬਲ ਤੇ ਰੱਖਿਆ ਤੇ ਮੁੜ ਸ਼ੀਸ਼ੇ ਚੋਂ ਤੱਕਦੀ ਬਰਸ਼ ਮਾਰਨ ਲੱਗੀ ਸਾਹਮਣੇ ਕੰਧ ਉੱਤੇ ਲੱਗੇ ਟਾਈਮ ਪੀਸ ਉੱਤੇ ਸੂਈਆਂ 10:21 ਮਿੰਟ ਦਰਸਾ ਰਹੀਆਂ ਸਨ ਅਜੇ 10-15 ਮਿੰਟ ਹੋਰ ਤਿਆਰੀ ਤੇ ਲੱਗ ਜਾਣੇ ਸੀ 20-25 ਮਿੰਟ KFC ਰੈਸਟੋਰੈਂਟ ਤੱਕ ਪੁੱਜਦੇ ਆ ਵੀ ਉੱਥੇ ਵੀ ਕਈ ਵਾਰ ਰਸ਼ ਹੁੰਦਾ ਖਾਸ ਕਰਕੇ ਐਤਵਾਰ ਨੂੰ ਤੇ ਅੱਧੇ ਘੰਟੇ ਤੱਕ ਵੀ ਉਡੀਕਣਾ ਪੈ ਜਾਂਦਾ ਦੀਦੀ ਕੀ ਹਾਲ ਹੈ ਸੁਦੀਪ ਨੇ ਆਪਣੀ ਜਾਣੀ ਪਛਾਣੀ ਅਧੀਨਗੀ ਵਾਲੀ ਸੁਰਚ ਕਿਹਾ ਹੋਰ ਜੀਜਾ ਜੀ ਤੇ ਬੱਚੇ ਕਿਵੇਂ ਨੇ ਸਭ ਠੀਕ ਐ ਤੂੰ ਸੁਣਾ ਉਸ ਨੇ ਆਵਾਜ਼ 'ਚ ਕੋਈ ਖਾਸ ਮੋਹ ਨਾ ਜ਼ਾਹਰ ਕੀਤਾ ਜਿਵੇਂ ਕਿ ਅਕਸਰ ਕਰਦੀ ਸੀ ਮਨ 'ਚ ਸੀ ਜੇ ਕੋਈ ਕੰਮ ਦੀ ਗੱਲ ਕਰਨੀ ਹੈ ਤਾਂ ਛੇਤੀ ਬੁਕਾ ਦੇ ਅੱਜ ਦਾ ਦਿਨ ਉਸ ਲਈ ਬਹੁਤ ਹੀ ਰੁੱਝਿਆ ਹੋਇਆ ਸੀ ਮਸਾ ਤਾਂ ਹਫ਼ਤੇ 'ਚ ਇੱਕ ਛੁੱਟੀ ਆਉਂਦੀ ਹੈ ਇਸ ਦਿਨ ਦੇ ਕਿੰਨੇ ਹੀ ਰੁੱਝੇਵੇਂ ਫਸੇ ਹੁੰਦੇ ਹਨ ਫੇਰ ਵੀ ਅਜਨਿਤ ਕਾ ਦੀ ਸਹੇਲੀ ਰਿੰਕਲ ਦਾ ਜਨਮ ਦਿਨ ਵੀ ਸੀ ਉੱਥੇ 8-10 ਪਰਿਵਾਰਾਂ ਨੇ ਇਕੱਠੇ ਹੋਣਾ ਸੀ ਉਸ ਦੀਆਂ ਸਹੇਲੀਆਂ ਦੇ ਪਰਿਵਾਰਾਂ ਨੂੰ ਵੀ ਸੱਦਾ ਪੱਤਰ ਸੀ 7 ਵਜੇ ਕੇ ਕੱਟਿਆ ਜਾਣਾ ਸੀ ਫਿਰ ਡੀਜੇ ਦਾ ਮਿਊਜ਼ਿਕ ਡਾਂਸ ਖਾਣ ਪੀਣ ਕੋਕ ਸਨੈਕਸ ਤੋਂ ਲੈ ਕੇ ਵਿਸਕੀ ਚਿਕਨ ਤੱਕ ਸਭ ਕੁਝ 10 ਵਜੇ ਡਿਨਰ ਉਸ ਘਰੇ ਚ ਇਹ ਜਨਮ ਦਿਨ ਪਾਰਟੀਆਂ ਇੱਕ ਤਰ੍ਹਾਂ ਬੱਚਿਆਂ ਦੇ ਬਹਾਨੇ ਆਪਣੀ ਹਾਇਸੀਅਤ ਦੀ ਪ੍ਰਦਰਸ਼ਨੀ ਦਾ ਮੌਕਾ ਹੁੰਦਾ ਵਪਾਰ ਬਿਜ਼ਨਸ ਦੀਆਂ ਤੰਦਾਂ ਫਲਾਉਣ ਦਾ ਮੌਕਾ ਵੀ ਤੇ ਔਰਤਾਂ ਲਈ ਅਣ ਐਲਾਨੇ ਸੁੰਦਰਤਾ ਮੁਕਾਬਲੇ ਦਾ ਈਵੈਂਟਸ ਕੋਈ ਖਾਸ ਨਹੀਂ ਪਪਾ ਜੀ ਦੀ ਚੈਸਟ ਪੇਨ ਨਹੀਂ ਹਟ ਰਹੀ ਡਾਕਟਰ ਕਹਿੰਦਾ ਇੱਕ ਵਾਰ ਇਹਨਾਂ ਦੇ ਸਾਰੇ ਟੈਸਟ ਕਰਵਾ ਲਓ ਡਾਇਗਨੋਸ ਤਾਂ ਹੋਵੇ ਕਿ ਬਿਮਾਰੀ ਦਾ ਮੂਲ ਕਾਰਨ ਕੀ ਹੈ ਉਸਨੇ ਕਿਹਾ ਪਰ ਉਸ ਦੀ ਗੱਲ ਸੁਣਨ ਤੋਂ ਬਹੁਤਾ ਧਿਆਨ ਉਸ ਦਾ ਵਾਲਾ ਨੂੰ ਸੰਵਾਰਨ ਤੇ ਲੱਗਾ ਹੋਇਆ ਸੀ ਤੇ ਮਨ ਉਸ ਦਿਨ ਰੂਬੀ ਕਿਵੇਂ ਗਰਦਨ ਮਟਕਾ ਮਟਕਾ ਕੇ ਗੱਲਾਂ ਕਰਦੀ ਸੀ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਸੀ ਕਿ ਵਾਲਾਂ ਦੀ ਕਲਰ ਸ਼ਾਈਨਿੰਗ ਨੂੰ ਦਿਖਾ ਸਕੇ ਨਾ ਸ਼ਕਲ ਨਾ ਅਕਲ ਜਿਵੇਂ ਭੂਤ ਨਹੀਂ ਹੋਵੇ ਜਦੋਂ ਕਿਤੇ ਪਾਰਟੀ ਤੇ ਜਾਣਾ ਹੁੰਦਾ ਬਿਊਟੀ ਪਾਰਲਰ ਚ ਜਾ ਕੇ ਤਿਆਰ ਹੋਊ ਅੱਜ ਉਸਨੇ ਵੀ ਆਪਣੀ ਬਿਊਟੀ ਪਾਰਲਰ ਵਾਲੀ ਤੋਂ 5 ਤੋਂ 5.5 ਦਾ ਸਮਾਂ ਬੁੱਕ ਕਰਾਇਆ ਹੋਇਆ ਸੀ ਉੱਥੋਂ ਫੇਰ ਸਿੱਧਾ ਹੀ ਪਾਰਟੀ 'ਚ ਠੀਕ ਹੈ ਕਰਵਾਈ ਲੈਣੇ ਚਾਹੀਦੇ ਆ ਉਸਨੇ ਚਲਾਵਾ ਜਿਹਾ ਹੰਗਾਰਾ ਪੜੇ ਉਸ ਦੇ ਦਸਣ ਪਿੱਛੇ ਕੁਝ ਅਣ ਕਿਹਾ ਵੀ ਹੋ ਸਕਦਾ ਇਸ ਵੱਲ ਕੋਈ ਧਿਆਨ ਨਾ ਗਿਆ ਜਾਂ ਉਹ ਕਿਤੇ ਛੋਹਿਆ ਨਾ ਜ਼ੇਨ ਤਾਂ ਹੋਰ ਵੀ ਉਤੇਜਨਾ ਤੇ ਅਨਿਸ਼ਚਿਤਤਾ ਨਾਲ ਭਰਿਆ ਹੋਇਆ ਸੀ ਆਉਣ ਵਾਲੀ ਪਾਰਟੀ ਦੇ ਕਲਪਤ ਦ੍ਰਿਸ਼ ਉਸ ਚੋਸ ਦੀ ਸ਼ਮੂਲੀਅਤ ਦਾ ਜਲੋਂ ਅਮਰਪਾਲੀ ਬੁਟੀਕ ਤੋਂ ਉਸ ਨੇ ਪਿਛਲੇ ਦਿਨੀ ਨਵਾਂ ਸੂਟ ਖਰੀਦਿਆ ਸੀ ਬਿਲਕੁਲ ਹੀ ਨਵੇਂ ਫੈਸ਼ਨ ਦਾ ਕਮੀਜ਼ ਦਾ ਬੱਖੀਆਂ ਤੋਂ ਯੂ ਕੱਟ ਕਾਫੀ ਉੱਚਾ ਸੀ ਲੱਕ ਤੋਂ ਵੀ ਕੁਝ ਉਤਾਹ ਤੱਕ ਕਿਨਾਰੀਆਂ ਤੇ ਲੱਗੀਆਂ ਰੰਗ-ਬਰੰਗੀਆਂ ਝਾਲਰਾਂ ਆਰਾਮ ਨਾਲ ਖੜਿਆ ਤਾਂ ਲੱਕ ਕਜਿਆ ਰਹਿੰਦਾ ਪਰ ਤੁਰਦਿਆਂ ਜਾਂ ਝੁੱਕਦਿਆਂ ਝਾਲਰਾਂ 'ਚੋਂ ਜਸਮ ਦੇ ਫਲੈਸ਼ ਲਗਾਤਾਰ ਵਰਦੇ ਨਾਲ ਖੁੱਲੀ ਪਜਾਮਾ ਨੂਮਾ ਸਲਵਾਰ ਗਿੱਟਿਆਂ ਤੋਂ ਕੁਝ ਉਤਾਹ ਤੱਕ ਬੁਟੀਕ ਵਾਲੀ ਨੇ ਕਿਹਾ ਵੀ ਸੀ ਬਿਲਕੁਲ ਨਵਾਂ ਡਿਜ਼ਾਈਨ ਤਿਆਰ ਕੀਤਾ ਬਹੁਤ ਦਿਮਾਗ ਲਾਇਆ ਇਸ ਤੇ ਇੱਕ ਵਾਰ ਪਾ ਕੇ ਮਾਰਕੀਟ ਵਿੱਚ ਲੰਘ ਗਏ ਤਾਂ ਦੇਖਣ ਵਾਲੀਆਂ ਅੱਖਾਂ ਟੱਡੀਆਂ ਰਹਿ ਜਾਣਗੀਆਂ ਉਸ ਨੇ ਪਾ ਕੇ ਟਰਾਈ ਕੀਤਾ ਤਾਂ ਉਸ ਨੂੰ ਪਸੰਦ ਆ ਗਿਆ ਮਹਿੰਗਾ ਭਾਵੇਂ ਲੱਗਿਆ ਚਾਰ ਝਾਲ ਰਾਂਜੀਆਂ ਲਾ ਕੇ 12000 ਮੰਗ ਲਈ ਕੀ ਇਹ ਬਾਦੂ 12000 ਸੁਣ ਕੁੱਝ ਪਲ ਉਸ ਦੇ ਮਨ 'ਚ ਦੁਬਿਧਾ ਆਈ ਇਸ ਦੁਬਿਧਾ ਦਾ ਪਰਤਉ ਸ਼ਾਇਦ ਉਸ ਦੇ ਚਿਹਰੇ ਤੇ ਵੀ ਆ ਗਿਆ ਸੀ ਜਿਸ ਨੂੰ ਬੁਟੀਕ ਵਾਲੀ ਮਿਸੇ ਸੰਧੂ ਨੇ ਤਾੜ ਲਿਆ ਮੈਂ 12000 ਵੀ ਤੁਹਾਡੇ ਲਈ ਹੈ ਕਿ ਤੁਸੀਂ ਸਾਡੇ ਰੈਗੂਲਰ ਕਸਟਮਰ ਹੋ ਹੋਰ ਕਿਸੇ ਨੂੰ ਤਾਂ ਮੈਂ 15 ਤੋਂ ਘੱਟ ਨਹੀਂ ਦੇਣਾ ਸਾਡਾ ਮਾਸਟਰ ਟੇਲਰ 4 ਦਿਨ ਲੱਗਾ ਰਿਹਾ ਇਸ ਤੇ ਕਿੰਨਾ ਕੱਪੜਾ ਖਰਾਬ ਹੋਇਆ ਇਸ ਸੰਤਮ ਡਿਜ਼ਾਈਨ ਉੱਤੇ ਪਹੁੰਚਣ ਤੱਕ ਇਹ ਬਿਲਕੁਲ ਸਾਡਾ ਆਪਣਾ ਡਿਜ਼ਾਈਨ ਹੈ ओरिजिनल ਹਾਲੇ 200 ਉਠੀ ਤਿਆਰ ਕੀਤੀ ਹੈ ਇੱਕ ਅਸੀਂ ਡਿਸਪਲੇ ਤੇ ਰੱਖਾਂਗੇ ਗੱਲਾਂ ਕਰਦਿਆਂ ਉਸ ਨੇ ਅਧਾ ਜਹੀ ਨਾਲ ਸੂਟ ਸਰਕਾ ਕੇ ਪਰਾਂ ਕੀਤਾ ਤੇ ਸ਼ੋਅ ਬਾਕਸ ਵੱਲ ਇਸ਼ਾਰਾ ਕੀਤਾ ਤੁਸੀਂ ਕੋਈ ਹੋਰ ਦੇਖ ਲਓ ਰੋਜ਼ ਹੀ ਕਸਬੀ ਮਹਾਰਤ ਤੋਂ ਉਸ ਨੂੰ ਟਰਾਈ ਬਾਕਸ ਚੋਂ ਨਿਕਲਦੀ ਨੂੰ ਦੇਖ ਕੇ ਹੀ ਉਹ ਜਾਣ ਗਈ ਸੀ ਉਹ ਜ਼ਰੂਰ ਖਰੀਦੇਗੀ ਕਿਸੇ ਵੀ ਕੀਮਤ ਤੇ ਖਰੀਦੇਗੀ ਜੀਜਾ ਜੀ ਘਰ ਹੀ ਐ ਕੁਝ ਚਿਰ ਬਾਅਦ ਸੁਦੀਪ ਦੀ ਆਵਾਜ਼ ਮੜੋਬਰੀ ਉਹ ਸ਼ਾਇਦ ਉਸ ਦਾ ਹੰਗਾਰਾ ਉਡੀਕਦਾ ਰਿਹਾ ਸੀ ਪਰ ਉਹ ਭੁੱਲੀ ਗਈ ਸੀ ਕਿ ਫੋਨ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਸੁਦੀਪ ਹਾਂ ਪਰ ਨਿਕਲਣ ਲੱਗੇ ਨੇ ਉਸਨੇ ਨਪੇ ਤੁਲੇ ਸ਼ਬਦਾਂ ਚ ਕਿਹਾ ਮੈਂ ਸੋਚਦਾ ਸੀ ਜੇ ਉਹ ਸਾਨੂੰ ਬੱਸ ਸਟੈਂਡ ਤੋਂ ਲੈ ਲੈਂਦੇ ਸੁਣ ਕੇ ਉਹ ਜਿਵੇਂ ਤਰਬਕ ਜੀ ਗਈ ਮਤਲਬ ਅੱਜ ਦੇ ਦਿਨ ਦੇ ਬਣੇ ਸਾਰੇ ਪ੍ਰੋਗਰਾਮ ਦਾ ਕਬੜਾ ਪਰ ਉਹ ਕਿੰਜ ਕਰ ਸਕਦੀ ਸੀ ਜਾਂ ਰਾਜਨ ਤੇ ਬੱਚੇ ਕਿੰਜ ਸਹਿਜ ਨਾਲ ਮੰਨ ਲੈਂਦੇ ਉਹਨਾਂ ਦੇ ਕੰਮਾਂ ਦਾ ਤੈਨੂੰ ਪਤਾ ਹੀ ਹੈ ਉਧਰੋਂ ਇੱਧਰ ਇੱਧਰੋਂ ਉਧਰ ਸਾਰਾ ਦਿਨ ਕੁੱਤੇ ਭਕਾਈ ਪਤਾ ਨਹੀਂ ਹੁੰਦਾ ਕਦੋਂ ਕਿਸੇ ਦਾ ਫੋਨ ਆ ਜਾਈ। ਉਸੇ ਵੇਲੇ ਪਹੁੰਚਣਾ ਹੁੰਦਾ। ਉਸਨੇ ਹਾਂ ਦਾ ਹੰਗਾਰਾ ਪਰੰਤੋਂ ਟਾਲਾ ਵੱਟਿਆ। ਹੁਸ਼ਿਆਰਪੁਰ ਤੋਂ ਉੱਥੋਂ ਤੱਕ ਪਹੁੰਚਦੇ ਆਂ ਬੱਸ ਦਾ ਸਵਾ ਘੰਟਾ। ਫੇਰ ਅੱਡੇ ਤੋਂ ਕਿਸੇ ਲੈਬ 'ਚ ਲੈ ਕੇ ਜਾਉ। ਉੱਥੇ ਪਤਾ ਨਹੀਂ ਸੈਂਪਲ ਦੇਣ ਦੀ ਕਦੋਂ ਵਾਰੀ ਆਵੇ। ਕਦੋਂ ਮਿਲਣ ਰਿਪੋਰਟਾਂ। ਉਹਨਾਂ ਚਿਰ ਹੁਣ ਤਾਂ ਹੁਸ਼ਿਆਰਪੁਰ ਵੀ ਬਥੇਰੀਆਂ ਚੰਗੀਆਂ ਲੈਬ ਐ। ਟੈਸਟ ਤਾਂ ਜਿੱਥੋਂ ਮਰਜ਼ੀ ਕਰਵਾ ਲਓ। ਬਹੁਤ ਹੋਇਆ ਤਾਂ ਰਿਪੋਰਟਾਂ ਇੱਥੇ ਕਿਸੇ ਸਪੈਸ਼ਲਿਸਟ ਨੂੰ ਦਿਖਾ ਲਾਂਗੇ। ਉਸ ਨੇ ਟਾਲਣ ਲਈ ਗੱਲ ਹੋਰ ਪਾਸੇ ਰੇੜ ਦਿੱਤੀ ਧਿਆਨ ਵਾਲਾ ਉੱਤੇ ਮਾਰੇ ਜਾ ਰਹੇ ਬ੍ਰਸ਼ ਉੱਤੇ ਰਹਾ ਜਾਂ ਸ਼ੀਸ਼ੇ 'ਚੋਂ ਝਲਕਦੇ ਆਪਣੇ ਅਕਸ ਉੱਤੇ ਜਦੋਂ ਤੋਂ ਉਸ ਨੇ ਸਟਾਰ ਸਟੱਡੀ ਇਮੀਗ੍ਰੇਸ਼ਨ ਦਾ ਦਫ਼ਤਰ ਜੁਆਇਨ ਕੀਤਾ ਸੀ ਵਾਲ ਛੋਟੇ ਕਰਵਾ ਲਏ ਸਨ ਤਰੁਣਾ ਵਰਗੀ ਮਸਾ ਮੋਢਿਆਂ ਤੱਕ ਪੁੱਜਦੀ ਇਸ ਨਾਲ ਉਸ ਨੂੰ ਆਪਣੀ ਦਿੱਕਤੋਂ ਉਮਰ ਦਾ ਚਲਕਾਰਾ ਹੋਰ ਵੀ ਘਟ ਗਿਆ ਲੱਗਦਾ ਆਪਣੇ ਸਰੀਰ ਦੀ ਸਾਂਭ ਸੰਭਾਲ ਤੇ ਧਿਆਨ ਹੋਰ ਵੀ ਵੱਧ ਗਿਆ ਸੀ ਹਰ 15 ਦਿਨਾਂ ਬਾਅਦ ਨੇਮ ਨਾਲ ਉਹ ਵਾਲਾਂ ਦੀ ਟ੍ਰਿਮਿੰਗ ਕਰਾਉਂਦੀ। ਨੇਚਰਲ ਬਿਊਟੀ ਪਾਰਲਰ ਤੋਂ ਮੰਥਲੀ ਪੈਕੇਜ ਲਿਆ ਹੋਇਆ ਸੀ 4000 ਦਾ। ਇਸ ਚ ਇੱਕ ਹਫਤਾ ਛੱਡ ਕੇ ਵਾਲਾਂ ਦੀ ਟ੍ਰਿਮਿੰਗ ਸੀ। ਇੱਕ ਵਾਰ ਫੁੱਲ ਬਾਡੀ ਵੈਕਸਿੰਗ ਮ사ਜ। ਨਹਾਂ ਅੱਖਾਂ ਸਮੇਤ ਹਰ ਅੰਗ ਦੀ ਵਿਸ਼ੇਸ਼ ਸੰਭਾਲ ਤਰਾਸ਼। ਇੱਕ ਵਾਰ ਪਾਰਟੀ ਮੇਕਅਪ। ਜੇ ਇੱਕ ਵਾਰ ਤੋਂ ਵੱਧ ਜਾਂਦਾ ਤਾਂ ਇਸ ਦੇ 500 ਰੁਪਏ ਵੱਖਰੇ ਲੱਗਦੇ। ਮੰਮਾ ਅਬ ਚਲੋ ਨਾ ਅਬ ਤਾਂ ਬਹੁਤ ਭੁੱਖ ਲੱਗੀ ਐ ਬੈਡਰੂਮ ਚੋਂ ਆਉਂਦੀ ਨਿਤਕਾ ਉਸ ਕੋਲ ਸ਼ੀਸ਼ੇ ਸਾਹਮਣੇ ਆਣ ਖੜੀ ਹੋਈ ਉਸ ਦੇ ਚਿਹਰੇ ਵੱਲ ਸਿੱਧਿਆਂ ਨਹੀਂ ਸ਼ੀਸ਼ੇ 'ਚੋਂ ਝਲਕਦੇ ਪ੍ਰਤਿਬਿੰਬਾਂ ਹੀ ਦੇਖ ਰਹੀ ਸੀ ਦੋਹਾਂ ਬੱਚਿਆਂ ਨੂੰ ਉਸ ਨੇ ਪਹਿਲਾਂ ਹੀ ਤਿਆਰ ਕਰਕੇ ਟੀਵੀ ਸਾਹਮਣੇ ਬਿਹਾ ਦਿੱਤਾ ਸੀ ਹਰਾਜਨ ਕੋਲ ਇਹ ਤਿਆਰੀ ਰੈਸਟੋਰੈਂਟ 'ਚ ਨਾਸ਼ਤਾ ਕਰਨ ਉੱਥੋਂ ਪੀਵੀਆਰ 'ਚ ਫਿਲਮ ਦੇਖਣ ਜਾਣ ਲਈ ਸੀ ਪਾਰਟੀ ਦੀ ਤਿਆਰੀ ਤਾਂ ਬਾਅਦ ਚ ਆ ਕੇ ਕਰਨੀ ਸੀ ਅਕਸਰ ਹਰ ਐਤਵਾਰ ਹੀ ਨਾਸ਼ਤਾ ਉਹਨਾਂ ਦਾ ਬਾਹਰ ਹੁੰਦਾ ਕਦੀ ਸ਼ਾਨ ਪੰਜਾਬ ਵਿੱਚ ਅਮਰਸਰੀ ਨਾਨ ਫੌਜੀ ਰੈਸਟੋਰੈਂਟ ਚ ਪਨੀਰ ਵਾਲੇ ਪਰੌਂਠੇ KFC ਚ ਪੀਜ਼ਾ ਕੋਕ ਜਾਂ ਫਿਰ ਸ਼ਹਿਰ ਦੇ ਲਗਭਗ ਹਰ ਰੈਸਟੋਰੈਂਟ ਟਾਬੇ ਹੋਟਲ ਚ ਖਾਣਿਆਂ ਦੇ ਸਵਾਦ ਤੇ ਰੇਟ ਉਹਨਾਂ ਨੂੰ ਪਤਾ ਹੀ ਸਨ ਐਤਵਾਰ ਦੇ ਨਾਸ਼ਤੇ ਲੰਚ ਡਿਨਰ ਦੇ ਪ੍ਰੋਗਰਾਮ ਦੋ ਦਿਨ ਪਹਿਲਾਂ ਹੀ ਬਣਨ ਲੱਗ ਪੈਂਦੇ ਚਲਤੇ ਹੈ ਬੇਟੇ ਬਸ ਹੋਰ 5 ਮਿੰਟ ਆਪ ਪਾਪਾ ਕੇ ਸਾਥ ਬੈਠੋ ਉਸਨੇ ਉਸ ਨੂੰ ਤੋਰ ਦਿੱਤਾ ਟੀਵੀ ਤੇ ਹਨੂਮਾਨ ਬਾਰੇ ਇੱਕ ਸੀਰੀਅਲ ਆ ਰਿਹਾ ਸੀ ਰਾਜਨ ਉਸ ਨੂੰ ਦੇਖਣ ਚ ਰੁੱਝਾ ਹੋਇਆ ਸੀ ਇਹ ਉਸ ਦਾ ਵੀ ਮਨਪਸੰਦ ਸੀ ਤੇ ਇਸ ਨੂੰ ਘੱਟ ਹੀ ਮਿਸ ਕਰਦੀ ਪਰ ਅੱਜ ਉਹ ਤਾਂ ਠੀਕ ਹੈ ਪਰ ਹਰ ਕੋਈ ਸਲਾਹ ਦਿੰਦਾ ਜਲੰਦਰ ਫੇਸ ਚੋਕ ਕਰਵਾਓ ਡਾਕਟਰ ਨੇ ਵੀ ਇਹੀ ਰეკਮੈਂਡ ਕੀਤੀ ਹੈ ਪਪਾ ਜੀ ਨੂੰ ਵੀ ਲੱਗਦਾ ਉਸਨੇ ਕੁਝ ਚਿਰ ਉਸਦੇ ਹੰਗਾਰੇ ਨੂੰ ਢੀਕਣ ਤੋਂ ਬਾਅਦ ਕਿਹਾ ਆ ਜਾਓ ਫਿਰ ਬਸ ਅੱਡੇ ਤੋਂ ਜਿਹੜੇ ਕਪੂਰਥਲਾ ਚੌਂਕ ਵੱਲ ਆਟੋ ਚੱਲਦੇ ਐ ਉਹ ਲੈ ਲੈਣਾ ਇਸ ਰੋਡ ਤੇ ਪੈਂਦੀ ਐ ਫੇਤ ਜਦੋਂ ਉੱਥੋਂ ਵਿਹਲੇ ਹੋਗੇ ਤਾਂ ਫੋਨ ਕਰ ਲੈਣਾ ਫੇਰ ਦੇਖਦੀ ਆ ਉੰਜ ਅੱਜ ਬਹੁਤ ਬੁਰੀ ਤਰ੍ਹਾਂ ਫੱਸੀ ਹੋਈ ਆ ਨਿਤਕਾ ਦੀ ਸੇਹਲੀ ਦਾ ਜਨਮ ਦਿਨ ਐ ਉਹ ਕਿੰਨੇ ਦਿਨਾਂ ਦੀ ਤਿਆਰੀ ਕਰੀ ਫਿਰਦੀ ਐ ਉਸ ਨਾਲ ਉੱਥੇ ਵੀ ਜਾਣਾ ਪੈਣਾ 2 ਘੰਟਿਆਂ ਨਾਲ ਸਮਾਂ ਤੈਅ ਕੀਤਾ ਹੋਇਆ ਉਹਨਾਂ ਕੁਝ ਨਵੇਂ ਏਜੰਟਾਂ ਨਾਲ ਮਲਾਉਣੇ ਉਹ ਮਨ ਕਢੰਤ ਵਿਸਥਾਰ ਕਢਣ ਲੱਗੀ ਫੇਰ ਬਿਨਾਂ ਕਿਸੇ ਨਤੀਜੇ ਤੇ ਪੁੱਜਿਆ ਗੱਲ ਮਕੋਣੀ ਚਾਹੀ ਵੇਲੇ ਹੋ ਗਏ ਫਿਰ ਵੀ ਫੋਨ ਕਰ ਲਈ ਪਰ ਇਸ ਤੋਂ ਪਹਿਲਾਂ ਕਿ ਓਕੇ ਕਹਿੰਦੀ ਸ਼ਾਇਦ ਉਧਰ ਸਦੀਪ ਨੂੰ ਵੀ ਕੁਝ ਕੁਝ ਅਹਿਸਾਸ ਹੋ ਗਿਆ ਸੀ ਕਿ ਟਾਲਿਆ ਜਾ ਰਿਹਾ ਉਸ ਨੇ ਝੱਕਦਿਆਂ ਝੱਕਦਿਆਂ ਕਿਹਾ ਜੇ ਕੁਝ ਪੈਸੇ ਕਰ ਦਿੰਦੇ ਬਹੁਤ ਲੋੜ ਸੀ ਮੈਨੂੰ ਤਾਂ 2 ਮਹੀਨੇ ਹੋਏ ਤਨਖਾਹ ਨਹੀਂ ਮਿਲੀ ਫੈਕਟਰੀ ਦਾ ਕੰਮ ਐਸਾ ਕੈਸਾ ਹੀ ਚੱਲ ਰਿਹਾ ਨਾਲ ਹੀ ਉਸਨੇ ਜਿਵੇਂ ਸਪਸ਼ਟੀ ਕਰਨ ਦਿੱਤਾ ਹੂੰ ਤਾਂ ਇਹ ਗੱਲ ਹੈ ਉਸਨੇ ਮਾਨਿ ਮੰਨ ਸੋਚਿਆ ਉਸਦੇ ਹੱਥਾਂ 'ਚ ਬਰਸ਼ ਰੁਕ ਗਿਆ ਇੱਕ ਪਲ ਚੇਜ ਕੀ ਕੀ ਕਹੇ ਸੁਦੀਪ ਦੀ ਮਜ਼ਬੂਰੀ ਦੀ ਲਿਸ਼ਕੋਰ ਵੀ ਉਭਰੀ ਪਰ ਅਗਲੇ ਪਲ ਮੋੜ ਉਹੀ ਬੇਲਾਗਤਾ ਆ ਗਈ ਪੈਸੇ ਤਾਂ ਸੁਦੀਪ ਹਾਲੇ ਨਹੀਂ ਹੋ ਸਕਨੇ ਇਹਨਾਂ ਪਿਛਲੇ ਮਹੀਨੇ ਹੀ ਨਵੀਂ ਹਾਂਡਾ ਸਿਟੀ ਕੜਾਈ ਹੈ 3 ਲੱਖ ਲੱਗ ਗਏ ਉਸ ਦੀ ਡਾਊਨ ਪੇਮੈਂਟ ਕਰਨੀ ਪਈ 30000 ਮਹੀਨੇ ਦੀ ਕਿਸ਼ਤ ਹੈ 25000 ਕੋਠੀ ਉੱਤੇ ਬਣਾਈ ਲਿਮਟ ਦੀ ਬੱਚਿਆਂ ਦੀਆਂ ਫੀਸਾਂ ਬਿਜਲੀ ਪੈਟਰੋਲ ਦੇ ਬਿੱਲ ਇਸ ਮਹੀਨੇ 50000 ਪਾਸਨ ਲੋਨ ਲਿਆ ਤਾਂ ਭੁਗਤਾਨ ਹੋਈ ਪਰਸਨਲ ਲੋਨ ਦੀ ਗੱਲ ਨਾਲ ਵਾਧੂ ਜੋੜ ਲਈ ਉਨਜੇ ਨਾ ਪੈਸਿਆਂ ਨੂੰ ਮੋੜਨ ਬਾਰੇ ਪਿਛਲੇ 4.5 ਸਾਲਾਂ ਚ ਉਸਨੇ ਕਦੀ ਸੰਜੀਦਾ ਹੋ ਕੇ ਨਹੀਂ ਸੀ ਸੋਚਿਆ ਉਹ ਵੀ ਜਿਵੇਂ ਰਾਜਨ ਵਾਂਗੀ ਢਲਣ ਲੱਗ ਪਈ ਸੀ ਕੀ ਹੋਇਆ ਜੇ 7 ਲੱਖ ਦੇ ਦਿੱਤੇ bizness ਕੀ ਲਾਇਆ ਕੋਈ ਜੂਆ ਤਾਂ ਨਹੀਂ ਖੇਡਿਆ ਲੋਕ ਤਾਂ ਜਵਾਈਆਂ ਨੂੰ bizness ਖੋਲ ਕੇ ਦੇ ਦਿੰਦੇ ਐ ਰਾਜਨ ਦੀ ਇਸ ਬਾਰੇ ਪਹੁੰਚ ਹੱਦ ਦੀ ਢੀਠਤਾਈ ਵਾਲੀ ਸੀ ਰਵੈਤੀ ਜਵਾਈਆਂ ਵਾਲੀ ਜੇ ਅਸੀਂ ਗਏ ਤਾਂ ਕੀ ਦਿੱਤਾ ਤੇ ਜੇ ਸਾਡੇ ਕੋਲੇ ਆਏ ਤਕੀ ਲੈ ਕੇ ਆਏ ਦੋਨੋਂ ਤਰ੍ਹਾਂ ਹੀ ਖਰਬੂਜਾ ਛੁਰੀ ਤੇ ਜਾਂ ਛੁਰੀ ਖਰਬੂਜੇ ਤੇ ਕੱਟ ਖਰਬੂਜੇ ਨਹੀਂ ਹੋਣਾ ਉਸ ਨੂੰ ਰਾਜਨ ਦਾ ਇਹ ਬਤੀਰਾ ਪਹਿਲਾਂ ਪਹਿਲਾਂ ਚੁੱਭਦਾ ਰਿਹਾ ਪਰ ਫਿਰ ਉਸ ਵਾਂਗ ਹੀ ਸੋਚਣ ਲੱਗ ਪਈ ਸੀ ਆਤਮ ਸਾਥ ਹੁੰਦੀ ਗਈ ਸੀ ਉਸ ਕਰਦੀਆਂ ਆਦਤਾਂ ਨਾਲ ਸਵੈਸਮੋਹਨ ਦਾ ਸ਼ਿਕਾਰ ਕਿ ਇਹ ਉਸ ਦਾ ਹੱਕ ਜਿਵੇਂ ਉਹ ਆਸੇ-ਪਾਸੇ ਸੁਣਦੀ ਫਲਾਣੇ ਨੇ ਆਪਣੀ ਕੁੜੀ ਲਈ ਆ ਕੀਤਾ ਜਨੇਪੇ ਵੇਲੇ ਆ ਲੈ ਕੇ ਆਏ ਜਾਂ ਵਰਤ ਵੇਲੇ ਆ ਦਿੱਤਾ ਉਹ ਕੋ ਜੋਸ ਨੂੰ ਵੀ ਲੱਗਦਾ ਜਿਵੇਂ ਪੇਕਿਆਂ ਨੂੰ ਕਰਨਾ ਹੀ ਚਾਹੀਦਾ ਪੇਕਿਆਂ ਦੀ ਹਾਲਤ ਦਾ ਪਤਾ ਹੁੰਦਿਆਂ ਵੀ ਉਸ ਦੀਆਂ ਆਸ਼ਾਵਾ ਵਧਦੀਆਂ ਗਈਆਂ ਸਨ ਇਸ ਦੇ ਮੁੱਢਲੇ ਅੰਸ਼ 6ਵੀਂ 7ਵੀਂ ਚ ਪੜ੍ਹਨ ਵੇਲੇ ਤੋਂ ਹੀ ਉਸ ਚ ਪੰਪਣੇ ਸ਼ੁਰੂ ਹੋ ਗਏ ਸਨ ਆਪਣੇ ਕੱਪੜਿਆਂ ਆਪਣੇ ਵਣਨ ਸੰਵਰਨ ਤੇ ਉਸ ਦਾ ਧਿਆਨ ਕੇਂਦਰਿਤ ਹੋਣ ਲੱਗ ਪਿਆ ਸੀ 9ਵੀਂ ਤੱਕ ਪੁੱਜਦੇ ਆ ਉਹ ਪੂਰੇ ਸਕੂਲ ਦੇ ਮੁੰਡਿਆਂ ਤਾਂ ਕੀ ਮੈਡਮਾਂ ਦੀਆਂ ਨਜ਼ਰਾਂ ਦਾ ਕੇਂਦਰ ਵੀ ਬਣ ਗਈ ਜਦੋਂ ਵੀ ਸਕੂਲ 'ਚ ਕੋਈ ਫੰਕਸ਼ਨ ਹੁੰਦਾ ਬਾਹਰੋਂ ਕਿਸੇ ਵੀ ਆਈਪੀ ਨੇ ਆਉਣਾ ਹੁੰਦਾ ਤਾਂ ਉਸਤੇ ਫੁੱਲ ਸੁੱਟਣ ਜੀ ਆਇਆਂ ਕਹਿਣ ਜਾਂ ਕਮੀਜ਼ ਕੋਟਾਂ ਤੇ ਬੈਕ ਲਾਉਣ ਦਾ ਕੰਮ ਉਸ ਨੂੰ ਹੀ ਸੌਂਪਿਆ ਜਾਂਦਾ ਮੈਡਮਾ ਇੱਕ ਦੋ ਦਿਨ ਪਹਿਲਾਂ ਹੀ ਕਹਿ ਦਿੰਦੀਆਂ ਸ਼ਰਿਆ ਪਲਕੇ ਰਤਾ ਬਣ ਸੰਵਰ ਕੇ ਆਣੀ ਮੱਧ ਵਰਗੀ ਘਰ ਦੀ ਹਾਲਤ ਭਾਵੇਂ ਬਹੁਤ ਹੀ ਚੰਗੀ ਨਹੀਂ ਸੀ ਪਰ ਮਾਂ ਕੁਝ ਤੇ ਚਾ ਨਾਲ ਤੇ ਕੁਝ ਉਸ ਦੀ ਜ਼ਿੱਦ ਮੂਰੀ ਉਸ ਦੀਆਂ ਇਛਾਵਾਂ ਦੀ ਪੂਰਤੀ ਦਾ ਕੋਈ ਨਾ ਕੋਈ ਰਾ ਕੱਢ ਹੀ ਲੈਂਦੇ ਘਰ ਚ ਰਾਮ ਪ੍ਰਸ਼ਾਦ ਇਕੱਲਾ ਕਮਾਉਂ ਸੀ ਤਿੰਨ ਬੱਚੇ ਵੱਡੀ ਸੁਜਾਤਾ ਉਸ ਤੋਂ ਛੋਟੀ ਉਹ ਉਸ ਤੋਂ ਬਾਅਦ ਦੋ ਅਬੋਰਸ਼ਨ ਕਰਾਏ ਸਨ ਕੁਛ ਲਿਆ ਨਹੀਂ ਕਿ ਦੋਵੇਂ ਵਾਰ ਟੈਸਟ ਕਰਾਉਣ ਉੱਤੇ ਪੇਟ ਚ ਪੜ ਰਹੇ ਭ੍ਰੂਣ ਮਾਦਾ ਨਿਕਲੇ ਤੀਸਰੀ ਵਾਰ ਵੀ ਜੇ ਮੁੰਡਾ ਨਾ ਆਉਂਦਾ ਤਾਂ ਸ਼ਾਇਦ ਸੁਦੀਪ ਦੇ ਜਨਮ ਤੱਕ ਘਰ ਚ ਉਹੀ ਸਭ ਦੀਆਂ ਨਜ਼ਰਾਂ ਦਾ ਕੇਂਦਰ ਰਹੀ ਸੀ ਪੈਦਾ ਹੁੰਦਿਆਂ ਵੀ ਗੋਗਲੀ ਜਹੀ ਗੋਰੀ ਚਿੱਟੀ ਸੁਦੀਪ ਤੋਂ ਬਾਅਦ ਉਸ ਵੱਲੋਂ بے ਧਿਆਨੀ ਹੋਣ ਲੱਗੀ ਤਾਂ ਉਸ ਨੂੰ ਚੜ ਚੜਦੀ। ਮਾਂ ਨੇ ਸੁਦੀਪ ਨੂੰ ਚੁੱਕਿਆ ਹੁੰਦਾ ਉਹ ਵੀ ਗੋਦੀ ਚੜਨ ਦੀ ਜਿੱਦ ਕਰਦੀ। ਦਾ ਲੱਗਦਾ ਤਾਂ ਉਸ ਨੂੰ ਕੁੱਟ ਵੀ ਦਿੰਦੀ। ਘਰ ਦੀ ਭਾਵੇਂ ਬੱਜੀ ਵਜਾਈ ਆਮਦਨ ਸੀ ਪਰ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਗਏ ਆਰਥਿਕ ਮੁਸ਼ਕਲਾਂ ਵਧਣ ਲੱਗੀਆਂ। ਤਿੰਨ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਖਾਣ-ਪੀਣ, ਕੱਪੜੇ ਲੱਤੇ ਮਹੱਲੇਦਾਰੀ 'ਚ ਇੱਕ ਖਾਸ ਤਰ੍ਹਾਂ ਦਾ ਜੀਵਨ ਪੱਧਰ ਬਣਾਈ ਰੱਖਣ ਦੀ ਮਜਬੂਰੀ ਵੀ ਸ਼ਹਿਰ ਦੇ ਵਿਚਕਾਰ ਪੁਰਾਣੇ ਮਹੱਲੇ ਆਰਾਮ ਨਗਰ ਚ 4 ਮਰਲਿਆਂ ਚ ਬਣੇ ਹੋਏ ਦੋ ਕਮਰੇ ਮੂਹਰੇ ਗਲੀ ਨਾਲ ਜੁੜਵੇਂ ਬਾਥਰੂਮ ਲੈਟਰਨ ਅਸਰ ਪਾਸੇ ਵੀ ਭਾਵੇਂ ਬਹੁਤੇ ਉਹੋ ਜਿਹੇ ਆਰਥਿਕ ਵਸੀਲਿਆਂ ਵਾਲੇ ਪਰਿਵਾਰ ਸਨ ਪਰ ਹਰ ਕੋਈ ਆਪਣੀ ਹੈਸੀਅਤ ਦੂਸਰੇ ਤੋਂ ਕੁਝ ਉੱਚੀ ਸਮਝਦਾ ਇਸ ਲਈ ਕੁਝ ਬੀਤੋਂ ਬਾਰੇ ਖਰਚੇ ਹੁੰਦੇ ਹੀ ਰਹਿੰਦੇ ਸੁਜਾਤਾ ਨੂੰ ਪਲੱਸ 2 ਤੋਂ ਬਾਅਦ 6 ਮਹੀਨਿਆਂ ਦਾ ਕਟਿੰਗ ਐਂਡ ਟੈਲਰਿੰਗ ਦਾ ਡਿਪਲੋਮਾ ਕਰਾਇਆ ਤੇ ਉਹ ਆਦਮਪੁਰ ਇੱਕ ਕੰਪਿਊਟਰ ਸੈਂਟਰ ਚਲਾਉਂਦੇ ਮੁੰਡੇ ਨਾਲ ਵਿਆਹ ਦਿੱਤੀ। ਪਲੱਸ 2 ਤੋਂ ਬਾਅਦ ਰਾਮ ਪ੍ਰਸ਼ਾਦ ਉਸ ਨੂੰ ਵੀ ਉਹੀ ਡਿਪਲੋਮਾ ਕਰਵਾ ਕੇ ਵਿਆਹ ਦੇਣਾ ਚਾਹੁੰਦਾ ਸੀ। ਪਰ ਉਹ ਇੰਜੀਨੀਅਰਿੰਗ ਕਰਨ ਲਈ ਜ਼ਿੱਦ ਕਰਨ ਲੱਗੀ। ਉਸ ਦੀਆਂ ਬਹੁਤੀਆਂ ਸਹੇਲੀਆਂ ਇੰਜੀਨੀਅਰਿੰਗ ਜਾਂ ਨਰਸਿੰਗ ਵੱਲ ਜਾਣ ਬਾਰੇ ਸੋਚ ਰਹੀਆਂ ਸਨ। ਕੁਝ ਪੜ੍ਹਾਈ ਦੇ ਆਧਾਰ ਤੇ ਬਾਹਰ ਜਾਣ ਲਈ ਆਈਲੈਟਸ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਸਲਾਹਾਂ ਕਰਦੀਆਂ। ਇੱਥੋਂ ਤਾਂ ਰਾਮ ਪ੍ਰਸ਼ਾਦ ਨੇ ਉੱਕਾ ਹੀ ਹੱਥ ਖੜੇ ਕਰ ਦਿੱਤੇ। ਆਪਣੇ ਚ ਹੈ ਨਹੀਂ ਤੌਫੀਕ ਇੰਨੇ ਜੋਗੀ ਬੜਾ ਜ਼ੋਰ ਲਾ ਕੇ ਉਹ ਮਸਾ ਇਸ ਲਈ ਮੰਨਿਆ ਕਿ ਬੀ ਕੰਮ ਕਰ ਲਵੇ ਉਹ ਵੀ ਸਰਕਾਰੀ ਕਾਲਜ ਚ ਕਿ ਉੱਥੇ ਫੀਸਾਂ ਥੋੜੀਆਂ ਸਨ ਇਸ ਨੇ ਉਸ ਅੰਦਰ ਘਰਦਿਆਂ ਪ੍ਰਤੀ ਚੜ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਿਤੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਿਲਦੀ ਤਾਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਉਹ ਸੰਦਰੋਂ ਹੌਲ ਉੱਠਦਾ ਨਾਲ ਹੀ ਗੁੱਸਾ ਚੜਨ ਲੱਗ ਜਾਂਦਾ ਮਾਪੇ ਅਜਿਹੇ ਮਾਪਾਪ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਜੇ ਪੜਾ ਨਹੀਂ ਸਕਦੇ ਤਾਂ ਜਮ ਜਮ ਕੇ ਲੈਣਾ ਲਾਉਣ ਦਾ ਕੀ ਲੋੜ ਸੀ ਬਸ ਮੁੰਡਾ ਚਾਹੀਦਾ ਜੇ 2 ਬਾਰਸ਼ਾਂ ਤੋਂ ਬਾਅਦ ਵੀ ਨਾ ਜੰਮਦਾ ਤਾਂ ਪਤਾ ਨਹੀਂ ਹੋਰ ਕਿੰਨੇ ਕਤਲ ਕਰਦੇ ਬੀ ਕਾਮ ਦੇ ਆਖਰੀ ਸਾਲ ਚ ਸੀ ਕਿ ਰਾਜਨ ਦਾ ਰਿਸ਼ਤਾ ਆ ਗਿਆ ਉਸ ਦੀ ਮਾਸੀ ਦੀ ਰਿਸ਼ਤੇਦਾਰੀ ਚੋਂ ਸੀ ਪਰਿਵਾਰ ਕਿਸੇ ਵਿਆਹ ਦੇ ਇਕੱਠ ਵਾਟ ਚ ਉਸ ਨੂੰ ਦੇਖ ਕੇ ਉਸ ਦੀ ਹੋਣ ਵਾਲੀ ਸੱਸ ਕ੍ਰਿਸ਼ਨਾ ਦੇਵੀ ਨੂੰ ਪਸੰਦ ਆ ਗਈ ਤੇ ਉਸ ਨੇ ਜ਼ੋਰ ਦਿੱਤਾ ਗੱਲ ਚਲਾਉਣ ਲਈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤਿੰਨ ਕੱਪੜਿਆਂ 'ਚ ਕੁੜੀ ਤੋੜ ਦਿਓ ਅਸੀਂ ਬਾਅਦ 'ਚ ਰਿਸੈਪਸ਼ਨ ਵੀ ਇੱਥੇ ਕਰ ਲਵਾਂਗੇ ਬਸ ਫੇਰ ਕੀ ਸੀ ਘਰ 'ਚ ਹਰ ਪਾਸੇ ਉਤਸ਼ਾਹ ਉਫਣ ਲੱਗਾ ਅਰਬਨ ਸਟੇਟ 'ਚ ਅੱਠ ਮਰਲੇ 'ਚ ਦੋ ਮੰਜ਼ਲੀ ਕੋਠੀ ਕੱਲਾ ਕੱਲਾ ਮੁੰਡਾ ਅਰਬਨ ਸਟੇਟ ਦੀ ਮੇਨ ਮਾਰਕੀਟ ਵਿੱਚ ਹੀ ਬਹਿਲ ਪ੍ਰਾਪਰਟੀਆਂ ਦਾ ਸ਼ਾਨਦਾਰ ਦਫ਼ਤਰ ਉਸ ਦੇ ਸਹੱਪਣ ਦਾ ਜਲੌ ਬਹਿਲ ਪਰਿਵਾਰ ਨੂੰ ਖਿੱਚ ਰਿਹਾ ਸੀ ਤੇ ਉਸ ਨੂੰ ਬਹਿਲਾਂ ਦੀ ਸ਼ਾਨੋਂ ਸ਼ਕਤ ਜੇ ਇਸ ਦਾ ਪੜਨ ਦਾ ਮਨ ਹੋਇਆ ਤਾਂ ਸੀਏ ਦਾ ਕੋਰਸ ਵੀ ਅਸੀਂ ਕਰਵਾ ਲਾਂਗੇ ਸਾਡਾ ਕਿੱਡਾ ਕੁ ਵੱਡਾ ਪਰਿਵਾਰ ਹੈ ਕਿ ਬਹੁਤ ਕੰਮ ਹੋਣਾ ਫਿਰ ਝਾੜੂ ਪੋਚੇ ਕੱਪੜੇ ਧੋਣ ਲਈ ਫੁੱਲ ਟਾਈਮ ਨੌਕਰੀ ਆਣੀ ਹੈ ਵਿਆਹ ਹੋ ਗਿਆ ਭਾਵੇਂ ਰਾਮ ਪ੍ਰਸ਼ਾਦ ਨੂੰ ਬਿਤੋਂ ਵੱਧ ਖਰਚਾ ਕਰਨਾ ਪਿਆ ਇਸ ਮੌਕੇ ਉਸ ਦਾ ਜੀਪੀਐਫ ਕਮ ਆਇਆ ਕੁਝ ਕੁ ਛੱਲਿਆ ਦੇ ਬੱਚੇ ਹੋਏ ਗਹਿਣਿਆਂ ਨੇ ਕੰਮ ਸਾਰੇ ਉਸ ਘਰ ਚ ਆ ਕੇ ਉਸ ਘਰ ਦੇ ਜਲੌ ਨਾਲ ਉਹ ਜਿਵੇਂ ਹੋਰੀ ਝੁੰਧ ਆ ਗਈ ਚੜ੍ਹਨ ਲਈ ਕਾਰ ਵਣ ਸੰਵਰਨ ਲਈ ਬਿਊਟੀ ਪਾਰਲੂ ਬੁਟੀਕ ਸ਼ਾਪਿੰਗ ਲਈ ਮਾਲਸ ਜਾਂ ਸ਼ਾਪਿੰਗ ਦੇ ਨਾਂ ਤੇ ਘੁੰਮਣ ਫਿਰਨ ਵਣ ਸੰਵਰ ਕੇ ਪਾਰਟੀਆਂ ਤੇ ਜਾਣਾ ਇਹਨਾਂ ਪਾਰਟੀਆਂ ਡਿਨਰਾਂ ਦਾ ਸਿਲਸਿਲਾ ਰਤਾ ਠੰਡਾ ਪਿਆ ਤਾਂ ਸਭ ਤੋਂ ਪਹਿਲਾ ਝਟਕਾ ਉਸ ਨੂੰ ਰਾਜਿੰਦਾ ਹੀ ਲੱਗਿਆ ਜਦੋਂ ਉਸ ਨੂੰ ਪਤਾ ਲੱਗਿਆ ਉਹ ਤਾਂ ਦਸਵੀਂ ਪਾਸ ਵੀ ਨਹੀਂ ਉੱਪਰੋਂ ਮਾਪੇ ਦਾ ਲਾਈ ਲੱਗ ਹਰ ਗੱਲ ਮਾਪੇ ਖਾਸ ਕਰਕੇ ਮਾਂ ਤੋਂ ਬਚ ਕੇ ਕਰਦਾ ਹੋਰ ਤਾਂ ਹੋਰ ਬਾਜ਼ਾਰ ਸ਼ਾਪਿੰਗ ਲਈ ਜਾਣਾ। ਉਹ ਵੀ ਮਾਂ ਦੇ ਕਹਿਣ ਤੇ ਤੁਰਦਾ। ਉਹ ਪਰੇਸ਼ਾਨ ਹੋਣ ਲੱਗ ਪਿਆ। ਕਿਹਦੇ ਖੈਸ ਵਿੱਚ? ਕਦੀ ਉਸ ਨੂੰ ਮਾਸੀ ਦਾ ਗੁੱਸਾ ਆਉਂਦਾ ਤੇ ਕਦੀ ਮਾਂ-ਬਾਪ ਉੱਤੇ। ਇੰਨੀ ਕਿ ਤਾਂ ਮਾਂ-ਬਾਪ ਪੁੱਛ-ਪੜਤਾਲ ਕਰਦੇ ਹੀ ਐ, ਮੁੰਡਾ ਕਿੰਨਾ ਕੁ ਯੋਗ ਐ? ਬਸ ਕੱਪੜੇ ਪਾਉਣੇ ਆ ਗਏ। ਖਾਣਾ-ਪੀਣਾ ਤਾਂ ਆ ਗਿਆ। ਇਹੀ ਜ਼ਿੰਦਗੀ ਥੋੜਾ ਹੁੰਦੀ ਐ। ਕਦੀ-ਕਦੀ ਉਸ ਦੀਆਂ ਬਚਕਾਨਾ ਹਰਕਤਾਂ ਤੋਂ ਉਹ ਉਹ ਗਲਾਨੀ ਨਾਲ ਵੀ ਭਰ ਜਾਂਦੀ। ਜਿਵੇਂ ਉਦੋਂ ਅਜੇ ਵਿਆਹ ਨੂੰ 6-7ਵੇਂ ਨਹੀਂ ਹੋਏ ਸਨ ਉਹ ਰਾਜਨ ਨਾਲ ਪੇਕਿਆਂ ਨੂੰ ਗਈ ਹੋਈ ਸੀ ਸਵੇਰੇ ਉੱਠ ਕੇ ਮੋੜਨ ਲਈ ਤਿਆਰ ਹੋਣ ਲੱਗੇ ਤਾਂ ਕੁਛ ੱਲਿਆਂ ਨੇ ਕਿਹਾ ਚਲੋ ਅੱਜ ਕਾਂਗੜੇ ਮਾਤਾ ਦੇ ਮੱਥਾ ਟੇਕ ਆਉਂਦੇ ਆਂ ਰਾਜਨ ਨੇ ਹਾਂ ਮੀ ਭਰਤੀ ਸ਼ਹਿਰੋਂ ਬਾਹਰ ਨਿਕਲੇ ਤਾਂ ਰਾਮ ਪ੍ਰਸਾਦ ਨੇ ਸਰਸਰੀ ਕਿਹਾ ਤੇਲ ਵਗੈਰਾ ਦੇਖ ਲੈਣਾ ਸੀ ਪਵਾਉਣ ਵਾਲਾ ਐ ਤਾਂ ਇੱਥੋਂ ਹੀ ਪਵਾ ਲੈਂਦੇ ਆਂ ਅੱਗੇ ਪਤਾ ਨਹੀਂ ਪੈਟਰੋਲ ਪੰਪ ਕਿੱਥੇ ਆਵੇ ਉਸਨੇ ਗੱਡੀ ਪੈਟਰੋਲ ਪੰਪ ਤੇ ਜਾ ਲਾਈ। ਰਾਮ ਪ੍ਰਸ਼ਾਦ ਨੇ ਬਾਹਰ ਨਿੱਕਲ ਪਰਸ ਕੱਟ ਲਿਆ। 2000 ਦਾ ਪੈਟਰੋਲ ਪਹਿ ਗਿਆ। ਰਾਜਨ ਨੇ ਉੱਪਰੇ ਮਨੋ ਵੀ ਨਾ ਕਿਹਾ। ਤੁਸੀਂ ਰਹਿਣ ਦਿਓ ਪੈਸੇ ਮੈਂ ਦੇ ਦੇ ਦਿੰਦਾ। ਉਸਦੇ ਘੁੰਮਣ ਦਾ ਸਾਰਾ ਮਜ਼ਾ ਕਿਰਕਰਾ ਹੋ ਗਿਆ। ਘਰ ਆ ਕੇ ਉਹ ਉਸ ਨਾਲ ਲੜੀ ਪਈ। ਜਦੋਂ ਗੱਡੀ 'ਚ ਪੈਟਰੋਲ ਪਹਿਲਾਂ ਹੀ ਕਾਫੀ ਸੀ ਤੁਸੀਂ ਟੈਂਕੀ ਫੁੱਲ ਕਰਾਉਣ ਕਿਉਂ ਵਹਿ ਗਏ? ਕਿਉਂ? ਉਹਨਾਂ ਆਪ ਹੀ ਕਿਹਾ ਸੀ। ਉਹਨਾਂ ਕਹਿ ਦਿੱਤਾ ਉਹਨਾਂ ਦਾ ਫਰਜ਼ ਸੀ ਤੁਸੀਂ ਕੁਝ ਸੋਚ ਲੈਂਦੇ ਇੰਨੀ ਭੁੱਖ ਦਿਖਾਉਣ ਦੀ ਕੀ ਲੋੜ ਸੀ ਜਿਉ ਆਪ ਗੱਡੀ ਕਰਕੇ ਲੈ ਜਾਂਦੇ ਤਾਂ ਕਿੰਨੇ ਦੀ ਹੁੰਦੀ ਕਿੰਨੇ ਦੀ ਹੁੰਦੀ 2000 ਚੋਂ ਘੱਮ ਆਉਂਦੇ ਨਾਲੇ ਆਸਾਨ ਨਾ ਹੁੰਦਾ ਪਰ ਇਹ ਗੁੱਸੇ ਗਿੱਲੇ ਰੋਸੇ ਟੁੱਟਣਾ ਜੁੜਨਾ ਬਹੁਤਾ ਵੱਧਦਾ ਨਾ ਕਿ ਸੁਖ ਸਹੂਲਤਾਂ ਚ ਗਵਾਚ ਜਾਂਦੀ ਬਿਊਟੀ ਪਾਰਲ ਬੁਟੀਕ ਰਾਹੀਂ ਤਰਾਸ਼ੇ ਜਾ ਰਹੇ ਆਪਣੇ ਸਹੱਪਣ ਦਖਲਾਵਾਦਾ غرੂਰ ਉਸ ਨੂੰ ਕਿਸੇ ਹੋਰ ਹੀ ਦੁਨੀਆ ਚ ਲੈ ਜਾਂਦਾ ਜਿਉਂ-ਜਿਉਂ ਸਮਾਂ ਪੈਂਦਾ ਗਿਆ ਉਹ ਉਸ ਘਰ ਚ ਰਚਦੀ ਗਈ ਉਸ ਚ ਮਗਰੂਰੀਅਤ ਤੇ ਆਤਮਸਮੋਹਨ ਵਧਦਾ ਗਿਆ ਸਾਲ 15 ਦੇ ਨਵੰਬਰ ਚ ਆ ਕੇ ਰਾਮ ਪ੍ਰਸਾਦ ਦੀ ਰਿਟਾਇਰਮੈਂਟ ਆ ਗਈ ਭਾਵੇਂ ਉਹਦੋਂ ਤੱਕ ਵੱਖ-ਵੱਖ ਲੋੜਾਂ ਲਈ ਉਹ ਦੋ ਕੁ ਵਾਰ ਜੀਪੀਐਫ ਚੋਂ ਪੈਸੇ ਕਢਵਾ ਚੁੱਕਾ ਸੀ ਫੇਰ ਵੀ ਗ੍ਰੈਚੁਇਟੀ ਛੁੱਟੀਆਂ ਦੇ ਪੈਸੇ ਤੇ ਜੀਪੀਐਫ ਬਚੇ ਰਾਮ ਲਾਕੇ 15 ਕ ਲੱਖ ਉਸ ਨੂੰ ਮਿਲ ਗਏ। ਰਾਜਨ ਤੋਂ ਉਸ ਨੇ ਉਸ ਨੂੰ ਇਨਵੈਸਟ ਕਰਨ ਬਾਰੇ ਸਰਸਰੀ ਸਲਾਹ ਪੁੱਛੀ ਤਾਂ ਉਸ ਨੇ ਬਿਜ਼ਨਸ ਚ ਲਾਉਣ ਲਈ ਜ਼ੋਰ ਦਿੱਤਾ। ਪ੍ਰਾਪਰਟੀ ਚ ਹੁਣ ਮੰਦਾ ਆਇਆ ਹੋਇਆ। ਇਹ ਸਾਲ 2 ਸਾਲ ਤੱਕ ਉਛਾਲ ਵੱਲ ਵਧਣੀ ਹੈ। ਇਸ ਵੇਲੇ ਇਸ ਚ ਲੱਗੇ ਪੈਸੇ ਛਾਲਾ ਮਾਰ ਕੇ ਵਧਣਗੇ। ਉਸ ਦੀ ਗੱਲ ਰਾਮ ਪ੍ਰਸ਼ਾਦ ਨੂੰ ਜੱਜ ਗਈ। ਕੁਝ ਉਹਨਾਂ ਦੀ ਅਮੀਰੀ ਦੇ ਪ੍ਰਭਾਵ ਹੇਠ ਵੀ ਸੀ। ਅਗਲੇ ਸਾਲ ਨੋਟਬੰਦੀ ਆ ਗਈ। ਬਹੁਤ ਸਾਰੇ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਠਕਾ ਲੰਗਾ ਬੈਲ ਪ੍ਰਾਪਰਟੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਪਰ ਬਹੁਤਾ ਨਹੀਂ ਕਿ ਉਹਨਾਂ ਨਾਲ ਕੋਠੀਆਂ ਪੀਜੀ ਕਿਰਾਏ ਤੇ ਚੜਾਉਣ ਦਾ ਕੰਮ ਵੀ ਕਰਦੇ ਸਨ ਤੇ ਰੇਤ ਬਜਰੀ ਇੱਟਾਂ ਦੀ ਸਪਲਾਈ ਦਾ ਵੀ ਪਰ ਕੰਮ ਦੇ ਡਿੱਗੇ ਹੋਣ ਦਾ ਰੋਣਾ ਬਹੁਤ ਰਹਿੰਦੀ ਆ ਰਾਮ ਪ੍ਰਸ਼ਾਦ ਮਾਨੀ ਮੰਤ ਰਹਿਣ ਲੱਗਾ ਪਛਤਾਵਾ ਵੀ ਹੁੰਦਾ ਪਰ ਮਨ ਦੀ ਗੱਲ ਬਾਹਰ ਨਾ ਕੱਢਦਾ ਸੁਦੀਪ ਨਾਲ ਤਾਂ ਕੀ ਕਰਨੀ ਉਹ ਕਦੀ ਕੁਸ਼ੱਲਿਆਂ ਨਾਲ ਵੀ ਇਹ ਮਸਲਾ ਨਾ ਛੂੰਦਾ ਕਦੀ ਤਾਂ ਮੁੜਨ ਗਈ ਬਸ ਇੱਕੋ ਤਰਵਾਸ ਹੁੰਦਾ ਕਿ ਸ਼੍ਰਿਆ ਦੇ ਹੱਥੀ ਗਏ ਸਨ ਵੱਡੇ ਬਹਿਲ ਹੰਸਰਾਜ ਦੀ ਮੌਤ ਹੋ ਗਈ ਪਰ ਆਜਨ ਕੰਮ ਨੂੰ ਆਪਣੇ ਢੰਗ ਨਾਲ ਚਲਾਉਣ ਲੱਗਾ ਉਸ ਤੇ ਸ਼੍ਰਿਆ ਦੀ ਦਖਲਅੰਦਾਜ਼ੀ ਤੇ ਮਰਜ਼ੀ ਵੀ ਪੁੱਗਣ ਲੱਗੀ ਹੰਸਰਾਜ ਕੰਮ ਨੂੰ ਬੇਕਾਬੂ ਨਹੀਂ ਸੀ ਹਉਣ ਦਿੰਦਾ ਨਾ ਸੁੱਖ ਸਹੂਲਤਾਂ ਨੂੰ ਪਰ ਉਸ ਦੀ ਮੌਤ ਦੇ 3 ਮਹੀਨਿਆਂ ਬਾਅਦ ਹੀ ਉਹਨਾਂ ਨੇ ਪੁਰਾਣੀ ਗੱਡੀ ਵੇਚ ਕੇ ਨਵੀਂ ਜੈਨਕਾਰ ਖੜਵਾ ਲਈ ਘਰ ਦਾ ਸਾਰਾ ਫਰਨੀਚਰ ਬਦਲ ਦਿੱਤਾ ਖਾਸ ਕਰਤਾਰਪੁਰ ਤੋਂ ਕਾਰੀਗਰ ਸਾਦਕੇ ਕਮਰੇ ਅਨਸਾਰ ਫਰਨੀਚਰ ਤਿਆਰ ਕਰਵਾਇਆ ਬੈੱਡ ਸੋਫੇ ਡਾਈਨਿੰਗ ਟੇਬਲ ਵਗੈਰਾ ਸਭ ਕੁਝ ਨਵਾਂ ਐਮੇ ਦੀ ਏਜੰਟੀ ਕਰਦੇ ਆਂ ਸ਼ਰੀਆ ਨੂੰ ਅਕਸਰ ਘਰਾਂ 'ਚ ਜਾਣਾ ਪੈਂਦਾ ਤੇ ਉਹ ਜੋ ਕਿਤੇ ਕੁਝ ਨਵਾਂ ਦੇਖ ਆਉਂਦੀ ਉਸ ਨੂੰ ਅੱਚ ਵੀ ਲੱਗ ਜਾਂਦੀ ਕਿ ਉਹੋ ਜੇ ਹਲਾਂ ਨੇ ਬੱਚੇ ਸਕੂਲ ਟਿਊਸ਼ਨਾਂ ਹੋਮਵਰਕ ਚ ਗੱਜੇ ਰਹਿੰਦੇ ਬਚਦਾ ਸਮਾਂ ਨੈਟ ਰਾਹੀਂ ਵੀਡੀਓ ਗੇਮਸ ਖੇਡਣੀਆਂ ਜਾਂ ਸੀਰੀਅਲ ਦੇਖਣੇ ਉਹ ਉਹਨਾਂ ਦੀ ਨਿਗਰਾਨੀ ਰੱਖਦੀ ਪਰ ਉਹਨਾਂ ਨਾਲ ਬਤਾਉਣ ਲਈ ਉਸ ਕੋਲ ਸਮਾਂ ਨਹੀਂ ਸੀ ਸਿਵਾਏ ਐਤਵਾਰ ਦੇ ਉਹਦਣ ਵੀ ਉਹਨਾਂ ਨਾਲ ਸਮਾਂ ਬਤਾਉਣ ਦੀ ਥਾਂ ਸ਼ਾਇਦ ਉਹ ਉਸ ਨਾਲ ਸਮਾਂ ਬਤਾ ਰਹੇ ਹੁੰਦੇ ਕਿ ਉਸ ਦਾ ਬਿਊਟੀ ਪਾਰਲਰ ਜਾਣ ਦਾ ਫਿਕਸ ਹੁੰਦਾ ਕਿਸੇ ਨਾ ਕਿਸੇ ਏਜੰਟ ਕੋਲ ਜਾਣਾ ਵੀ ਫੈਮਲੀ ਫਰੈਂਡਸ ਘੇਰੇ ਚ ਕੋਈ ਨਾ ਕੋਈ ਫੰਕਸ਼ਨ ਪਾਰਟੀ ਤੇ ਉਸ ਲਈ ਤਿਆਰੀ ਮਾਂ ਹੋਣ ਦੇ ਬਜਾਏ ਸ਼ਾਇਦ ਉਹ ਹੋਮ ਸੁਪਰਡੈਂਟ ਦੀ ਭੂਮਿਕਾ ਵਧੇਰੇ ਨਿਭਾ ਰਹੀ ਸੀ ਜੰਮਣ ਤੋਂ ਬਿਨਾ ਉਹਨਾਂ ਲਈ ਪਲ-ਪਲ ਦਾ ਧਿਆਨ ਤੇ ਸਮਰਪਣ ਉਸ ਦੀ ਜੀਵਨ ਯਾਤਰਾ ਦਾ ਹਿੱਸਾ ਨਾ ਬਣ ਸਕਿਆ ਸਭ ਕੁ ਆਪਣੇ ਆਪ ਉੱਤੇ ਵਧੇਰੇ ਕੇਂਦਰਿਤ ਹੁੰਦੀ ਜਾ ਰਹੀ ਸੀ ਉਮਰ ਦੇ ਵਧਣ ਨਾਲ ਸਮਾਂ ਜਿਹੜੀਆਂ ਪੈੜਾਂ ਛੱਡਦਾ ਜਾ ਰਿਹਾ ਸੀ ਉਹਨਾਂ ਨੂੰ ਲੁਕਾਉਣ ਮਟਾਉਣ ਲਈ ਉਸ ਨੂੰ ਬਹੁਤ ਪਾਪੜ ਵੇਲਣੇ ਪੈਂਦੇ ਤੇਤੀ ਵਿੱਚ ਪੁੱਜ ਕੇ ਵੀ ਉਹ ਮਾਨੀ ਮਾਨ ਜਿਵੇਂ 23ਵੇਂ 24ਵੇਂ ਚੀਜ਼ ਹੋ ਰਹੀ ਸੀ ਤੇ ਜਾਂ ਜਿਉਣਾ ਚਾਹੁੰਦੀ ਸੀ ਜਿਮ ਬਿਊਟੀ ਪਾਰਲ ਬੁਟੀਕ ਉਸ ਦੇ ਇਸ ਭਰਮ ਦੇ ਆਬਾ ਮੰਡਲ ਨੂੰ ਸਿਰਜਣ ਚ ਉਸ ਨੂੰ ਪਰਮਾਈ ਰੱਖਦੇ ਅਠਾਂ ਵਰਿਆਂ ਦੇ ਨਿਤਕਾ ਨਾਲ ਤੁਰਿਆ ਉਹ ਸੁਚੇਤ ਤੌਰ ਤੇ ਇੰਜ ਚੁਸਤ ਦਰੋਸਤ ਦਿਸਣ ਦਾ ਯਤਨ ਕਰਦੀ ਕਿ ਦੇਖਣ ਵਾਲਾ ਉਸ ਨੂੰ ਨਿਤਕਾ ਦੀ ਮਾਂ ਨਹੀਂ ਵੱਡੀ ਭੈਣ ਸਮਝੇ ਜੇ ਕਿਤੇ ਕੋਈ ਅਣਜਾਣ ਦੁਬਧਾ ਵਸ ਇਹ ਪ੍ਰਭਾਵ ਲੈ ਲੈਂਦਾ ਤਾਂ ਉਹ ਭਰਮ ਜਾਲ ਦੇ ਸਤਵੇਂ ਸਮਾਨ ਤੇ ਜਾ ਪੁੱਜਦੀ। ਪਰਿਵਾਰਕ ਫਰੈਂਡਸ ਘੇਰੇ ਚ ਉਸ ਦੇ ਤੇ ਰੂਬੀ ਦੇ ਵਿਚਾਲੇ ਸੋਹਣੀ ਹੋਣ ਦੀ ਜਿਵੇਂ ਪ੍ਰਤੀਯੋਗਤਾ ਚੱਲ ਰਹੀ ਸੀ। ਸਟਾਰ ਸਟੱਡੀ ਇਮੀਗ੍ਰੇਸ਼ਨ ਚ ਜਾਂਦੀ ਤਾਂ ਉੱਥੇ ਤਰੁਣਾ ਦਾ ਬਣਨਾ ਸੰਭਰਨਾ ਗੋਂ ਨਾਲ ਤੱਕਦੀ। ਗੱਲਾਂ-ਗੱਲਾਂ ਚ ਉਸ ਤੋਂ ਵਰਤੀਆਂ ਜਾਣ ਵਾਲੀਆਂ ਕਰੀਮਾਂ, ਲਿਪਸਟਿਕ, హెయిਰ ਕਲਰ ਦੀ ਜਾਣਕਾਰੀ ਲੈਂਦੀ। ਉਸ ਨੂੰ ਚੁਬਦਾ ਉਹ ਕਿਵੇਂ ਉਸ ਤੋਂ ਵੱਧ ਦੇਖਣ ਵਾਲੀਆਂ ਨਜ਼ਰਾਂ ਨੂੰ ਖਿੱਚਦੀ ਐ ਉਸ ਦੀ 22 ਵਰਿਆਂ ਦੀ ਉਮਰ ਨੂੰ ਭੁੱਲ ਉਸ ਤੋਂ ਗਾਂ ਨਿਕਲਣ ਦੀ ਚਾਹਤ ਚ ਰਹਿੰਦੀ ਪਿਛਲੇ ਮਹੀਨੇ ਜਦੋਂ ਐਮਬੀ ਕਮਿਸ਼ਨ ਦੇ 2.5 ਲੱਖ ਉਸ ਦੇ ਖਾਤੇ ਚ ਆਏ ਤਾਂ ਉਦੋਂ ਉਸ ਨੇ ਇੱਕ ਵਾਰ ਰਾਜਨ ਨੂੰ ਕਿਹਾ ਇਸ ਚੋ ਲੱਖ ਕ ਪਾਪਾ ਜੀ ਨੂੰ ਮੋੜ ਦਿੰਦੇ ਆ ਉਹਨਾਂ ਦਾ ਬੜਾ ਸੋਹਣਾ ਕੰਮ ਚੱਲੀ ਜਾ ਰਿਹਾ ਮੋੜ ਦੇਾਂਗੇ ਜਦੋਂ ਉਹਨਾਂ ਨੂੰ ਲੋੜ ਹੋਈ ਇਹ ਰਾਜਨ ਦਾ ਸੁਭਾਅ ਵੀ ਸੀ ਜਿਸ ਤੋਂ ਪੈਸੇ ਲੈਣੇ ਹੁੰਦੇ ਉਸ ਦੇ ਸਿਰ ਤੇ ਚੜਿਆ ਰਹਿੰਦਾ ਜਿਸ ਨੂੰ ਮੋੜਨੇ ਹੁੰਦੇ ਕੋਲ ਹੁੰਦੇ ਤਾਂ ਵੀ ਟਾਲਾ ਵੱਟਦਾ ਕੋਈ ਸਬੰਧ ਕੋਈ اخلاق ਉਸ ਲਈ ਬਿਜ਼ਨਸ ਤੋਂ ਉੱਪਰ ਨਹੀਂ ਸੀ ਉਸ ਤੋਂ ਦਿਸਦੇ ਮੁਨਾਫੇ ਤੋਂ ਉੱਪਰ ਪਰ ਜੇ ਉਸ ਵੇਲੇ ਆਪਣੇ ਕੋਲ ਨਾ ਹੋਏ ਦੇਖੀ ਜਾਵੇਗੀ ਫਿਲਹਾਲ ਤਾਂ ਡਿਜ਼ਾਇਰ ਵੇਚ ਕੇ ਹਾਂਡਾ ਸਿਟੀ ਕਢਾਉਂਦੇ ਆ 3 ਲੱਖ ਇਸ ਦਾ ਮਿਲ ਜਾਣਾ ਕੁਝ ਕਮਿਸ਼ਨ ਵਾਲੇ ਅੱਧੀ ਪਚੱਦੀ ਡਾਊਨ ਪੇਮੈਂਟ ਕਰਕੇ ਬਾਕੀ ਕਿਸ਼ਤਾਂ ਕਰ ਲਾਂਗੇ ਇਸ ਨੂੰ ਵੀ ਰੱਖੀ ਰੱਖਦੇ ਆ ਐਕਟਵਾ ਤੇ ਜਾਂਦੇ ਹੁਣ ਭੈੜਾ ਲੱਗਦਾ ਉੰਜ ਵੀ ਆਪਣੇ ਫਰੈਂਡਸ ਸਰਕਲ ਚ ਤਾਂ ਸਾਰਿਆਂ ਕੋਲ ਹੀ ਦੋ ਦੋ ਗੱਡੀਆਂ ਇਹ ਉਸਦੇ ਮਨ ਦੀ ਦੱਬੀ ਹੋਈ ਰੀਜ ਸੀ ਪਰ ਇਸ ਨਾਲ ਕਿਸ਼ਤ ਬਹੁਤ ਬਣੇਗੀ ਰਾਜਨ ਕੁਝ ਪਲ ਹਿਚਕਚਾਇਆ ਮੈਂ ਐਮਬੀ ਵਿੱਚ ਕੁਝ ਹੋਰ ਮਿਹਨਤ ਕਰ ਲੈਂਦੀ ਆ ਇਮੀਗ੍ਰੇਸ਼ਨ ਚ ਨੌਕਰੀ ਵਾਲੀ ਆਮਦਨ ਤਾਂ ਨਿਸ਼ਚਿਤ ਸੀ ਮਹੀਨੇ ਦੇ 12000 ਜੇ ਉਹ ਆਪਣੇ ਨਿੱਜ ਦੇ ਘੇਰੇ ਚੋਂ ਕੋਈ ਕੇਸ ਲੈ ਜਾਵੇ ਤਾਂ ਉਸ ਚੋਂ 3% ਵੱਖਰੇ ਗੱਲਾਂ ਹੀ ਗੱਲਾਂ 'ਚ ਫੈਸਲਾ ਹੋ ਗਿਆ ਤੇ ਉਸ ਤੋਂ ਅਗਲੇ ਦਿਨ ਉਹਨਾਂ ਨਵੀਂ ਗੱਡੀ ਲੈ ਆਉਂਦੀ। ਦੀਦੀ ਥੋੜੇ ਹੀ ਕਰ ਦਿੰਦੇ ਉਸ ਦੀ ਆਵਾਜ਼ 'ਚ ਆਜਿਜ਼ੀ ਵੱਧ ਗਈ ਸੀ। ਹਾਲੇ ਤਾਂ ਨਹੀਂ ਹੋ ਸਕਣੀ। ਜੇ ਬਹੁਤ ਲੋੜ ਹੈ ਤਾਂ ਸੁਜਾਤਾ ਨੂੰ ਪੁੱਛ ਲੈ। ਜਾਂ ਮੈਂ ਉਸ ਨੂੰ ਕਹਿ ਦਿੰਦੀ ਆਂ। ਵਾਲਾਂ ਦੀ ਸੈਟਿੰਗ ਨੂੰ ਆਖਰੀ ਛੋਹਾਂ ਦਿੰਦਿਆਂ ਉਸ ਨੇ ਸਲਾਹ ਦਿੱਤੀ। ਅਸੇ ਪਾਸੇ ਦੀ ਨੰਸਨੈਰੀ ਲਿਟਾ ਨੂੰ ਇਸ ਤਰ੍ਹਾਂkle ਪੰਜ ਬੰਨਿਆ ਸੀ ਉਹ ਨਾ ਤਾਂ ਇੰਜ ਕੁੱਟੀਆਂ ਲੱਗਦੀਆਂ ਕਿ ਬੰਨੀਆਂ ਹੋਈਆਂ ਹਨ ਤੇ ਨਾ ਹੀ ਇੰਜ ਢਿੱਲੀਆਂ ਕਿ ਉਹਨਾਂ ਦੀ ਤਰਤੀਬ ਖਰਾਬ ਹੋ ਗਈ। ਵਾਲਾਂ ਤੋਂ ਬਿੱਲੀ ਹੋਈ ਤਾਂ ਜਿਵੇਂ ਉਸ ਨੂੰ ਚੇਤਾ ਆ ਗਿਆ ਹੋਵੇ। ਜੇ ਨੇੜੇ ਹੈਨ ਤਾਂ ਪਾਪਾ ਜੀ ਨਾਲ ਮੇਰੀ ਗੱਲ ਹੀ ਕਰਾ ਦੇ। ਸ਼ਾਇਦ ਇਸ ਲਈ ਵੀ ਕਿ ਉਹ ਟਪਕ ਬਦਲਣਾ ਚਾਹੁੰਦੀ ਸੀ। ਸ਼ਾਇਦ ਇਸ ਲਈ ਵੀ ਬਾਪ ਦਾ ਮੋਹ ਉੱਛਲ ਆਇਆ ਸੀ। ਸ਼ਾਇਦ ਸ਼ਾਇਦ ਜਾਂ। ਹਾਂ ਪੁੱਤ ਕੀ ਹਾਲ ਹੈ? ਉਧਰ ਕਮਜ਼ੋਰ ਜਹੀ ਥੱਕੀ ਥੱਕੀ ਆਵਾਜ਼ ਆਏਗੀ ਹੋਰ ਰਾਜਨ ਤੇ ਬੱਚੇ ਠੀਕ ਨੇ ਹਾਂ ਪਪਾ ਜੀ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਬਥੇਰਾ ਰੱਖੀ ਦਾ ਪਰ ਉਮਰ ਦਾ ਵੀ ਤਕਾਜ਼ਾ ਹੁੰਦਾ ਨਾ ਸਹੀ ਤਰ੍ਹਾਂ ਦਵਾਈ ਲਵੋ ਨਾ ਸ਼reya ਛੇਤੀ ਕਰ ਪਈ ਕਿਤੇ KFC ਚ ਬ੍ਰੇਕਫਾਸਟ ਕਰਦੇ ਫਿਲਮ ਦਾ ਸਮਾਂ ਨਾ ਲੰਘ ਜਾਵੇ ਰਾਜਨ ਬੈਡਰੂਮ ਚੋਂ ਬਾਹਰ ਨਿਕਲ ਆਇਆ ਸ਼ਾਦ ਸੀਰੀਅਲ ਮੁੱਕ ਗਿਆ ਸੀ ਤੁਸੀਂ ਬੱਚੇ ਲੈ ਕੇ ਬਾਹਰ ਨਿਕਲੋ ਉਸ ਨੇ ਮੱਥੇ ਤੇ ਖੰਡਾਏ ਇੱਕ ਦੋ ਵਾਲਾਂ ਨੂੰ ਫੜ ਪਛਾਹ ਕੀਤਾ ਤੇ ਆਪਣੇ ਆਪ ਨੂੰ ਤੱਕਦੀ ਨੇ ਫੋਨ ਚੁੱਕ ਲਿਆ ਚੰਗਾ ਪਾਪਾ ਜੀ ਰਾਤ ਨੂੰ ਗੱਲ ਕਰਾਂਗੀ ਕਹਿੰਦਿਆਂ ਨਾਲ ਹੀ ਫੋਨ ਕੱਟ ਦਿੱਤਾ